ਟੇਬਲ ਜਿੱਡਾ ਵੱਡਾ ਪੀਜ਼ਾ ਯਾਰ, ਕੀ ਕਮਾਲ ਕਰ ਦਿੱਤਾ ਪੀਜ਼ਾ ਜੀ ਸਾਹਿਬ, ਹੋ ਸਕਦਾ ਏਡਾ ਵੱਡਾ ਪੀਜ਼ਾ? ਮਜ਼ਾਕ ਕਰ ਰਹੇ ਹੋ ਜੀ, ਉਹਦੇ ਏਡਾ ਹੁੰਦਾ ਵੇ? ਇਹ ਤੇ 4 ਫੁੱਟ ਦਾ ਟੇਬਲ ਏ। ਆਹੋ ਮਜ਼ਾਕ ਹੀ ਤੇ ਨਹੀਂ ਕਰ ਰਹੇ ਸਾਡੇ ਨਾਲ ਪਿਤਾ ਜੀ? ਯਾਰ ਨਾਲ ਇਹਦਾ ਚਮਚਾ ਵੀ ਹੈਗਾ ਜੀ। ਇਹ ਤੇ ਇੰਜ ਲੱਗਦਾ ਕਿ ਜਿਸ ਤਰ੍ਹਾਂ ਕਿਸੇ ਮੁਲਕ ਦਾ ਝੰਡਾ ਹੁੰਦਾ ਹੈ, ਡੰਡਾ ਲਾਉਣ ਦੀ ਲੋੜ ਹੈ, ਬਾਕੀ ਝੰਡਾ ਤਾਂ ਤਿਆਰ ਹੈ। ਇਹ ਨਾਲ ਹੀ ਹੈ ਜੀ, ਇਹ ਦੇਖੋ ਇੱਥੇ ਇੰਜ ਕਰ ਲਓ ਤੇ ਝੰਡਾ ਹੀ ਹੈ। ਸਾਡੇ ਘਰਾਂ 'ਚ ਐਡੇ ਐਡੇ ਤੋਲੀਏ ਹੁੰਦੇ ਨੇ, ਤੇ ਗਰਮ ਅਗਸਤਮੇ ਦੀ ਹੀਟ ਵੀ ਸਾਨੂੰ ਮਿਲਦੀ ਪਈ ਹੈ, ਤੇ ਦੇਖੀ ਜਾਓ ਬਸ। ਇਹ ਤੇ ਇਹੋ ਹੀ ਦਿਲ ਕਰਦਾ ਵੀ ਇਹਨੂੰ ਤੇ ਇਹਨੂੰ ਸ਼ੁਰੂ ਕਰੀਏ, ਫਿਰ ਕਿੱਧਰੋਂ ਸ਼ੁਰੂ ਕਰਨਾ ਮੈਨੂੰ ਸਮਝ ਕੋਈ ਨਹੀਂ ਆ ਰਹੀ। ਇਹ ਜੀ ਇਹ ਜਿਹੜਾ ਨਾਲ ਇਹਦੇ ਬੇਲ 'ਚ ਹੈਗਾ ਨਾ, ਇਹਦੇ ਨਾਲ ਹੀ ਸ਼ੁਰੂ ਕਰਨਾ ਜੀ। ਤੁਸੀਂ ਆਪਣੀ ਸਾਈਡ ਤੋਂ ਖਾਣਾ ਸ਼ੁਰੂ ਕਰਨਾ, ਮੈਂ ਇੱਧਰੋਂ ਖਾਣਾ ਸ਼ੁਰੂ ਕਰਨਾ। ਚਲੋ ਠੀਕ ਹੈ, ਇਹਨੂੰ ਵਿੱਚ ਚੜਾ ਦੇ ਜੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੈਂ ਕੱਟਿਆ ਸਲਾਇਆ ਸੀਗਾ। ਆਹੋ ਯਾ ਦੇਖੋ ਕਿਆ ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਹਾਏ ਹਾਏ ਹਾਏ, ਤੁਸੀਂ ਵੱਡਾ ਖਰਬੂਜ਼ਾ ਹੀ ਖਾ ਰਹੇ ਹੋ। ਹਾਏ ਹਾਏ ਕਿਆ ਬਾਤ ਹੈ ਯਾਰ, ਕੀ ਖਾਬਾਂ ਦੀ ਦੁਨੀਆ ਜੀ ਕੁਝ ਆਪਦਾ। ਤਬੀਅਤ ਹੀ ਹੈਰਾਨ ਰਹਿ ਗਈ ਹੈ ਕਿ ਐਡਾ ਵੱਡਾ ਪਿਤਾ। ਬੜੀ ਗੱਲ ਯਾਰ ਹੈ, ਅਤੇ ਪੂਰਾ ਖਾਣਾ ਅਤੇ ਦੋ ਬੰਦਿਆਂ ਦੇ ਵੱਸੋਂ ਤੇ ਉਂਝ ਬਾਹਰ ਹੈਗਾ। ਪੀਜ਼ਾ ਤਾਂ ਗਰਮ ਗਰਮ ਖਾਣ ਦਾ ਵੀ ਕੀ ਮਜ਼ਾ ਆ ਰਿਹਾ। ਹਾਏ ਹਾਏ ਹਾਏ, ਇਹ ਤਾਂ ਬੜੇ ਸਕੂਨ ਨਾਲ ਬਹਿ ਕੇ ਫੈਮਿਲੀ ਪੀਜ਼ਾ ਦਾ ਨਾਂ ਆਉਣਾ ਚਾਹੀਦਾ ਜੀ। ਹਾਂ, ਫੈਮਿਲੀ ਪੀਜ਼ਾ ਬਾਕੀ ਦੇਖ ਕੇ ਪਰੇਸ਼ਾਨ, ਐਡਾ ਵੱਡਾ ਵਾਕੀ ਯਾਰ, ਫੈਮਿਲੀ ਪੂਰੀ ਖਾ ਸਕਦੀ ਹੈ। ਜਦੋਂ ਇੱਕ ਬੰਦਾ ਦੋ ਬੰਦੇ ਦੇ ਵਾਸਤਾ ਕੰਮ ਨਹੀਂ ਗਿਆ, ਨਹੀਂ 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 ਨਹੀਂ, ਪੂਰੀ ਫੈਮਿਲੀ ਵਾਸਤੇ ਬਹੁਤ ਵੱਡਾ ਪੈਦਾ ਹੈ ਜੀ ਇਹ ਤੇ। ਬਾਕੀ ਬੜਾ ਜ਼ਾਇਕਾ ਪਿਆਰਾ ਮਜ਼ਾ ਆ ਰਿਹਾ ਖਾਂਦਾ, ਤੇ ਅਸੀਂ ਤਾਂ ਸਮਝ ਐਵੇਂ ਇੱਕ ਚੀਜ਼ ਬਣਾ ਲੈਣਗੇ, ਲੇਕਿਨ ਵਾਕਈ ਖੁਸ਼ਬੂ, ਜ਼ਾਇਕਾ, ਟੇਸਟ, ਹਾਏ ਹਾਏ ਮਜ਼ੇਦਾਰ ਕੰਮ। ਇਹ ਦੇਖੋ ਮੈਂ ਉੱਤੇ ਹੁਣ ਇਹਦੇ ਕੈਚਪ ਵੀ ਪਾ ਲਿਆ ਜੀ। ਆਹਾ ਹਾ, ਇਹਦਾ ਮਜ਼ਾ ਜਿਹੜਾ ਨਾ ਹੁਣ ਦੁਬਾਲਾ ਹੋ ਜਾਣਾ ਹੈ। ਕਿਆ ਬਾਤ ਹੈ ਚੋਈ ਸਾਹਿਬ, ਇੱਕ ਪੂੜੀ ਟਰਾਈ ਕਰੋ। ਨਹੀਂ ਮੈਨੂੰ ਨਹੀਂ, ਬੜਾ ਮਜ਼ਾ ਆ ਰਿਹਾ। ਕਿਆ ਬਾਤ ਹੈ ਜੀ, ਬੜਾ ਜ਼ਬਰਦਸਤ ਤੇ ਬੜਾ ਹੀ ਆਲਾ ਪੀਜ਼ਾ ਹੈਗਾ ਜੀ। ਇਹ ਚਟਨੀ ਮੈਂ ਇਸ ਲਈ ਲਗਾ ਰਿਹਾ ਕੈਚਪ ਕੁਚਪ, ਇਹਦਾ ਆਪਣਾ ਟੇਸਟ ਖਰਾਬ ਨਾ ਹੋ ਜਾਵੇ, ਇਹਦਾ ਆਪਣੇ ਬੜਾ ਵਧੀਆ ਟੇਸਟ ਹੈ ਤੇ ਮਜ਼ਾ ਆ ਰਿਹਾ ਜੀ। ਕੀ ਕਰੋ, ਚਟਨੀ ਦੇ ਵਿੱਚ ਸਕੋਰਾ ਹੁੰਦਾ ਨਾ, ਚਟਪਟਾ ਕੰਮ, ਚਟਨੀਆਂ ਲਾ ਕੇ ਖਾ ਲਈਆਂ, ਇਹਦੇ ਨਾਲ ਵੱਖਰੀ ਸਵਾਦ ਯਾਰ, ਇਹਦਾ ਆਪਣਾ ਬੜਾ ਮਜ਼ਾ ਹੈ। ਕਿਆ ਬਾਤ ਹੈ, ਵਾਹ ਜੀ, ਬਸ ਲੈ ਤੁਸੀਂ ਟਰਾਈ ਕਰੋਗੇ?
ਮੈਂ ਤੇ ਇੱਕ ਪੀਸ ਖਾਧਾ ਤੇ ਮੈਨੂੰ ਇੰਜ ਲੱਗਦਾ ਰੱਜ ਗਿਆ ਜਿਸ ਤਰ੍ਹਾਂ ਮੈਂ ਦੂਸਰਾ ਪੀਸ ਜਿਹੜਾ ਨਾ ਖਾਣਾ ਥੋੜਾ ਜਿਹਾ ਜ਼ਰਾ ਔਖਾ ਕੰਮ ਹੈਗਾ। ਇਹ ਤਾਂ ਮੈਨੂੰ ਲੱਗ ਰਿਹਾ ਮੈਂ ਪੂਰੀ ਫੈਮਿਲੀ ਲਿਆਵਾਂ, ਕਿਸੇ ਬੱਚੇ ਜਿੱਦ ਕਰਦੇ ਨੇ ਪੀਜ਼ਾ ਖਾਣਾ ਪੀਜ਼ਾ, ਮੈਂ ਫਿਰ ਇੱਕੋ ਹੀ ਪੀਜ਼ਾ ਬੜਾ ਪੂਰੀ ਫੈਮਿਲੀ ਆ ਕੇ ਉਹਨੇ ਅੱਗੇ ਜੀ ਆਉਣਾ, ਉਹਨਾਂ ਨੇ ਵੀ ਬੜਾ ਪਰੇਸ਼ਾਨ ਰਹਿਣਾ, ਇਤਨਾ ਬੜਾ ਪੀਜ਼ਾ। ਲੇਕਿਨ ਇੱਕ ਵਾਰੀ ਖੁਸ਼ ਹੋ ਜਾਣਗੇ ਕਿ ਵਾਕਈ ਅੱਜ ਪੀਜ਼ਾ ਅਸੀਂ ਸਾਰੇ ਰੱਜ ਕੇ ਖਾ ਸਕਦੇ। ਅਤੇ ਸਾਡੇ ਪਿੰਡਾਂ ਥਾਵਾਂ 'ਚ ਹਾਲੇ ਵੀ ਲੋਕਾਂ ਨੂੰ ਇਹੀ ਪਤਾ ਕਿ ਆਲੂ ਵਾਲਾ ਨਾਨ ਜਾਂ ਚਿਕਨ ਵਾਲਾ ਨਾਨ ਹੈਗਾ, ਉਹਨਾਂ ਨੂੰ ਨਹੀਂ ਪਤਾ ਕਿ ਪੀਜ਼ਾ ਇਹਨੂੰ ਕਹਿੰਦੇ ਨੇ ਪੀਜ਼ਾ। ਕਿਤੇ ਹਾਂਜੀ ਤੁਸੀਂ ਇਹਦੀ ਟ੍ਰੇਲ ਲਿਆਇਓ ਨਾ ਸਾਡੇ ਪਿੰਡ 'ਚ, ਯਕੀਨ ਕਰੋ ਕਿ ਉਹ ਮੰਨਣਗੇ ਨਹੀਂ ਪੀਜ਼ਾ, ਉਹ ਕਹਿਣਗੇ ਉਹ ਨਹੀਂ ਪੀਜ਼ਾ ਨਹੀਂ ਹੈ ਅਤੇ ਚਿਕਨ ਵਾਲਾ ਨਾਨ ਹੈਗਾ। ਰੋਟੀ ਪਕਾਤੀ ਤੁਹਾਨੂੰ ਚਿਕਨ ਵਾਲੀ ਉੱਤੇ ਲਾ ਕੇ ਅਤੇ ਰੋਟੀ ਪੱਕੀ ਪਈ। ਯਕੀਨ ਕਰੋ ਪੰਜ ਛੇ ਬੰਦੇ ਜਿਹੜੇ ਨੇ ਨਾ ਇਹ ਪੀਜ਼ਾ ਰਲ ਕੇ ਖਾਣ ਅਤੇ ਪੁਰਬਾਸ਼ ਹੋ ਜਾਣ, ਉਸ ਤੋਂ ਬਾਅਦ ਹੋ ਸਕਦਾ ਪਾਣੀ ਵੀ ਨਾ ਪੀਣ। ਘਰ ਤੁਹਾਡੇ ਕੋਈ ਮਹਿਮਾਨ ਆਏ ਹੋਏ ਤੇ ਤੁਹਾਨੂੰ ਲੋੜ ਹੀ ਨਹੀਂ ਕਿ ਘਰ ਕੋਈ ਚੁੱਲ੍ਹੇ ਅੱਗੇ ਸੇਕ ਦੇ ਕੇ ਇੰਨਾ ਖਾਣਾ ਪਕਾਉਣਾ ਅਤੇ ਖੱਜਲ ਹੋਣਾ। ਸਿੱਧਾ ਮਹਿਮਾਨਾਂ ਨੂੰ ਇੱਥੇ ਲਿਆਓ, ਇੱਥੇ ਆਰਡਰ ਦਿਓ, ਭਾਵੇਂ ਚਾਰ ਜਣੇ ਨੇ ਪੰਜ ਜਣੇ ਛੇ ਬੰਦੇ ਵੀ ਇਹਨੂੰ ਖਾ ਸਕਦੇ ਆਰਾਮ ਨਾਲ। ਲਓ ਜੀ ਦੇਖ ਲਓ ਇੱਧਰਲਾ ਜਿਹੜਾ ਹਿੱਸਾ ਜੇ ਨਾ ਉਹ ਮੈਂ ਖਤਮ ਕੀਤਾ ਜੇ, ਉੱਧਰਲਾ ਚੌਧਰੀ ਇਹਨਾਂ ਨੇ ਖਤਮ ਕੀਤਾ ਜੇ, ਅਤੇ ਇਹ ਜਿਹੜਾ ਫੜਿਆ ਨਾ ਅਸੀਂ ਹੱਥਾਂ ਹੀ 'ਚ ਇਹ ਐਂਡ ਹੈਗਾ ਜੀ। ਪੀਜ਼ਾ ਐਂਡ ਹੋ ਰਿਹਾ ਹੁਣ ਇਸ ਟਾਈਮ। ਉਸ ਤੋਂ ਬਾਅਦ ਲਵੇਟ ਕੇ ਨਾ ਇਹਨੂੰ ਤੇ ਬੰਦਾ ਮੋਢੇ ਤੇ ਪਾਏ ਤੇ ਲੈ ਗਿਆ। ਬਾਕੀ ਇਹਨੇ ਸਾਨੂੰ ਫੁੱਲ ਕਰ ਦਿੱਤਾ ਯਾਰ, ਕੰਮ ਫੁੱਲ ਹੋ ਗਿਆ। ਵਾਹ ਜੀ ਲਓ ਜੀ ਉੱਤੋਂ ਆ ਗਈ ਜੇ ਕੋਕ। ਵਾਹ ਬਿਸਮਿਲ੍ਲਾਹ। ਲਓ ਜੀ ਉਹਨੇ ਪਤਾ ਨਹੀਂ ਇਹਨੇ ਕਿੱਧਰ ਨੂੰ ਜਾਣਾ ਵੇ, ਕਿਉਂਕਿ ਸਾਰੀ ਜਗ੍ਹਾ ਤੇ ਪੀਜ਼ੇ ਰਾਣੇ ਮਲੀ। ਓਏ ਹੋਏ ਯਾਰ ਬਹੁਤ ਹੈਵੀ ਕੰਮ ਹੈਗਾ ਬਸ, ਅਤੇ ਬੋਤਲ ਨੇ ਫੁੱਲ ਕਰ ਦਿੱਤਾ ਉੱਤੋਂ, ਕੰਮ ਹੁਣ ਗੁੱਲ ਹੈਗਾ ਸਾਡਾ, ਟਾਈਟ ਹੋ ਗਏ ਅਸੀਂ। ਚੈਨਲ ਨੂੰ ਸਾਡੇ ਜ਼ਰੂਰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾਓ, ਆਪਣੇ ਦੋਸਤਾਂ ਨਾਲ ਸ਼ੇਅਰ ਕਰੋ, ਅੱਡੇ ਅੱਡੇ ਵੱਡੇ ਪੀਜ਼ੇ ਖਾਓ ਦੋਸਤਾਂ ਨਾਲ ਬਹਿ ਕੇ। ਲੋਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਅਤੇ ਟੱਲੀ ਦੇ ਬਟਨ ਨੂੰ ਢੀਂ ਕਰਕੇ ਦਬਾਓ, ਯਾਰਾਂ ਦੋਸਤਾਂ ਨਾਲ ਸ਼ੇਅਰ ਕਰਿਆ ਕਰੋ। ਅਸੀਂ ਤੁਹਾਡੀ ਮੁਹੱਬਤ ਦੀ ਖਾਤਰ ਦੇਖੋ ਕਿੱਡੇ ਕਿੱਡੇ ਵੱਡੇ ਪੀਜ਼ੇ ਖਾ ਗਏ।